ਅਰਜੀਤ, हाँ जी ਮੈਨੂੰ ਇਹ ਦੱਸ ਵੀ ਕੁੜੀਆਂ ਵੱਡੀ ਤੋਂ ਵੱਡੀ ਕਿਹੜੀ ਡਿਗਰੀ ਹਾਸਲ ਕਰ ਸਕਦੀਆਂ? ਕੁੜੀਆਂ ਨੂੰ ਕੋਈ ਵੀ ਡਿਗਰੀ ਲੈਣ ਦੀ ਲੋੜ ਨਹੀਂ ਹੁੰਦੀ। ਉਹ ਕਿਉਂ? ਜੇ ਮਾਸਟਰ ਨਾਲ ਵਿਆਹ ਹੋ ਜੇ ਤੇ ਮਾਸਟਰਾਣੀ, ਜੇ ਡਾਕਟਰ ਨਾਲ ਵਿਆਹ ਹੋ ਜੇ ਤੇ ਡਾਕਟਰਾਣੀ, ਜੇ ਥਾਣੇਦਾਰ ਨਾਲ ਵਿਆਹ ਹੋ ਜੇ ਤੇ ਥਾਣੇਦਾਰਨੀ, ਜੇ ਫੌਜੀ ਨਾਲ ਵਿਆਹ ਹੋ ਜੇ ਤੇ ਫੌਜੀਣ, ਜੇ ਹੌਲਦਾਰ ਨਾਲ ਵਿਆਹ ਹੋ ਜੇ ਤੇ ਹੌਲਦਾਰਨੀ। ਗੱਲਾਂ ਦੀ ਚੱਲ ਤੇਰੀਆਂ ਸਾਰੀਆਂ ਠੀਕ ਆ, ਪਰ ਮੈਨੂੰ ਇਹ ਦੱਸ ਵੀ ਜੇ ਟੀਟੀ ਨਾਲ ਵਿਆਹ ਹੋ ਜੇ ਤੇ ਫਿਰ? ਫਟੀਟ ਨਹੀਂ ਆ ਡਿਗਰੀ ਨਹੀਂ ਕੁੜੀਆਂ ਕੋ ਲਈ ਜਾਣੀ। ਜੇ ਟੀਟੀ ਨਾਲ ਵਿਆਹ ਹੋ ਜੇ ਤੇ ਟੀਟਣੀ ਵਾਲੀ ਦੀ ਕੋਈ ਡਿਗਰੀ ਨਹੀਂ ਹੁੰਦੀ। ਬਾਕੀ ਡਿਗਰੀਆਂ ਤੇ ਸਾਰੀਆਂ ਲਿਆ ਗਏ ਤੁਸੀਂ, ਟੀਟੀ ਵਾਲੀ ਡਿਗਰੀ ਨਹੀਂ ਮਿਲਣੀ। ਟੀਸਣ ਟੀਸਣ ਬਣ ਸਕਦਾ, ਜਾਂ ਫਿਰ ਜੇ ਟੀਟੀ ਨਾਲ ਵਿਆਹ ਹੋ ਗਿਆ ਤੇ ਟੀਸਣ। He tried it. ਨਹੀਂ ਟੀਟੀ ਤੋਂ ਟੀਟਣੀ ਨਹੀਂ ਹੁੰਦਾ। ਉਹ ਟੀਟ ਨਹੀਂ ਕੋਈ ਡਿਗਰੀ ਨਹੀਂ ਹੁੰਦੀ। ਹਾਂ, ਥਾਣੇਦਾਰ ਨਾਲ ਵਿਆਹ ਹੋ ਗਿਆ ਥਾਣੇਦਾਰ ਨਾਲ, ਫੌਜੀ ਨਾਲ ਵਿਆਹ ਹੋ ਗਿਆ ਫੌਜਣ। ਠੀਕ ਹੈ ਜੀ, ਇਹ ਡਿਗਰੀਆਂ ਠੀਕ ਹੈ। ਟੀਟ ਨਹੀਂ ਕਿਹੜੀ ਡਿਗਰੀ ਹੋਈ, ਟੀਟ ਨਹੀਂ। ਅਰਜੀਤ, ਹਾਂਜੀ, ਕੋਈ ਗੱਲ ਹੀ ਸੁਣਾ। ਗੱਲ ਇਹ ਆ ਕਿ ਦੁਨੀਆਂ ਦੇ ਸਾਰੇ ਨੋਟਾਂ ਤੇ ਫੋਟੋ ਬੰਦਿਆਂ ਦੀ ਆ, ਹਾਂ, ਪਰ ਕਬਜ਼ਾ ਜਨਾਨੀਆਂ ਦਾ ਹੈ। ਆ ਵੀ ਚੰਗੀ ਗੱਲ ਸੁਣਾਈ। ਨੋ 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 ਨੋ, ਅਸੀਂ ਅੱਜ ਤੱਕ ਸੋਚਿਆ ਹੀ ਨਹੀਂ ਇਹ ਗੱਲ ਬਾਰੇ। ਅਰਜੀਤ, ਆਪਣੇ ਉਹ ਪਰਲੇ ਮਹੱਲੇ ਜਿਹੜੇ 80-80 ਸਾਲਾਂ ਦੇ ਦੋ ਬਜ਼ੁਰਗ ਰਹਿੰਦੇ, ਹਾਂਜੀ, ਬੇਬੇ ਬਾਪੂ, ਵੇਖਿਆ ਕਿੰਨੇ ਸਿਹਤਮੰਦ ਆ ਉਹ। ਤੈਨੂੰ ਪਤਾ ਉਹਨਾਂ ਦੀ ਇੰਨੀ ਵਧੀਆ ਸਿਹਤ ਦਾ ਰਾਜ ਕੀ ਹੈ? ਕੀ ਰਾਜ ਹੈ ਉਹਨਾਂ ਦਾ? ਮੈਨੂੰ ਪਹਿਲਾਂ ਲੱਗਾ ਸੀ ਉਹ ਪਤਾ ਨਹੀਂ ਕੀ ਖਾਂਦੇ ਪੀਂਦੇ ਆ। ਮੈਂ ਇੱਕ ਦਿਨ ਉਹਨਾਂ ਨੂੰ ਪੁੱਛ ਹੀ ਲਿਆ, ਮੈਂ ਕਿਹਾ ਬਾਪੂ ਜੀ ਤੁਹਾਡੀ ਇੰਨੀ ਵਧੀਆ ਸਿਹਤ ਦਾ ਰਾਜ ਕੀ ਹੈ, ਤੁਸੀਂ ਕੀ ਖਾਂਦੇ ਹੋ? ਕਹਿੰਦਾ ਕਾਕਾ ਖਾਣੇ ਤੇ ਅਸੀਂ ਉਹ ਹੀ ਹਾਂ ਜੋ ਤੁਸੀਂ ਖਾਂਦੇ ਹੋ, ਪਰ ਸਾਡੀ ਸਿਹਤ ਦਾ ਇਹ ਰਾਜ ਆ ਵੀ ਜਦੋਂ ਸਾਡਾ ਹੋਇਆ ਨਵਾਂ ਨਵਾਂ ਵਿਆਹ, ਕਹਿੰਦਾ ਸਾਡੇ ਦੋਵਾਂ ਜੀਆਂ 'ਚ ਇੱਕ ਸ਼ਰਤ ਲੱਗੀ ਵੀ ਝਗੜਾ ਕਰਨ ਤੋਂ ਬਾਅਦ ਜਿਹਦੀ ਗਲਤੀ ਨਿਕਲਿਆ ਕਰੇਗੀ ਉਹ 5 ਕਿਲੋਮੀਟਰ ਤੁਰ ਕੇ ਜਾਇਆ ਕਰੂਗਾ। ਤੇ ਕਹਿੰਦਾ ਅੱਜ ਤੱਕ ਤੁਹਾਡੀ ਬੇਬੇ ਦੀ ਕਦੀ ਗਲਤੀ ਨਹੀਂ ਨਿਕਲੀ। ਮੈਂ ਹੀ ਕਹਿੰਦਾ 5 ਕਿਲੋਮੀਟਰ ਰੋਜ਼ ਤੁਰਦਾ, ਕਹਿੰਦਾ ਤੇ ਮੈਂ ਚਲੋ ਇੱਦਾਂ ਤੇ ਤੁਹਾਡੀ ਸਿਹਤ ਵੀ ਬਣ ਜਾਂਦੀ ਆ ਹਨਾ, ਰੋਜ਼ ਕਸਰਤ ਹੋ ਜਾਂਦੀ ਹੈ। ਤੇ ਬੇਬੇ ਦਾ ਮੈਂ ਕੀ ਰਾਜ ਆ, ਬੇਬੇ ਦੀ ਸਿਹਤ ਕਿੱਦਾਂ? ਕਹਿੰਦਾ ਬੇਬੇ ਤੁਹਾਡੀ ਮਗਰ ਵੇਖਣ ਆਉਂਦੀ ਆ ਵੀ ਕਿਤੇ ਰਾਜ ਬਹਿਤ ਨਹੀਂ ਜਾਂਦਾ ਕਿਤੇ। ਮੈਂ ਵੀ ਪਹਿਲਾਂ ਸੋਚਿਆ ਹੈ ਵੀ ਅਸੀਂ ਵੀ ਇਹੋ ਜਿਹੀ ਕੋਈ ਸ਼ਰਤ ਰੱਖਾਂਗੇ ਬਾਪੂ ਦੀ ਗੱਲ ਸੁਣ ਕੇ। ਫਿਰ ਮੈਂ ਸੋਚਿਆ ਵੀ ਪਤਾ ਨਹੀਂ ਜੀਣਾ ਕਿੰਨਾ ਕੁ ਚਿਰ ਆ, ਇਹ ਨਾ ਹੋਵੇ ਮੈਂ ਤੁਰਿਆ ਹੀ ਰਵਾਂ, ਸਾਰੀ ਉਮਰ ਤੁਰਿਆ ਹੀ ਰਵਾਂਗੇ। ਮੈਂ ਵੀ ਵੇਖਣ ਜਾਇਆ ਕਰੂੰਗੀ ਤੁਹਾਨੂੰ। ਮੈਂ ਸ਼ਰਤ ਹੀ ਨਹੀਂ ਲਾਉਣੀ। ਲਾਉਣੀ ਪੈਣੀ ਪੁੱਤ ਸ਼ਰਤ, ਜਾਂ ਤੇ ਤੇਰੀ ਵੀ ਕਿਤੇ ਗਲਤੀ ਨਿਕਲੇ, ਤੂੰ ਵੀ ਤੁਰੇਂਗੇ 5-7 ਕਿਲੋਮੀਟਰ ਤੇ ਤੈਨੂੰ ਵੀ ਪਤਾ ਚੱਲੇ ਕਿੱਦਾਂ ਖੱਲੀਆਂ ਪੈਂਦੀਆਂ। ਮੈਂ ਨਹੀਂ ਸ਼ਰਤ ਲਾਉਣੀ।